ਮੈਰੂਨ ਗੋਲਡ ਲੋਏਗਾ ਉਹਦੇ ਤੇ ਜੀ ਭਾਈ ਉਹਨੇ ਚੈੱਕ ਕੀਤਾ ਭਾਈ ਉਹਨੇ ਕਿਹਾ ਜੀ ਇਹ ਕਿੱਲ ਲੱਗਾ ਵੇਖਿਆ ਜੇ ਸਕਰੂ ਪੂਰਾ ਲੱਗਾ ਇਹਦੇ ਦੇਖ ਲਓ ਜੀ ਅੱਜ ਭਿੰਡੀਆਂ ਤੇ ਨਾਲ ਹੈ ਜੀ ਵਧੀਆ ਜਿਹਾ ਚਿਕਨ ਹੈ ਨਾ ਕੰਬੀਨੇਸ਼ਨ ਜੀ ਗਰਮ ਮਸਾਲਾ ਹੁਣ ਨਜ਼ਰ ਆਇਆ ਬਿਲਕੁਲ ਖੁਸ਼ੀ ਬਹੁਤ ਵਧੀਆ ਆ ਰਹੀ ਹੈ ਅਸਲਾਮ ਅਲੈਕਮ ਜੀ ਉਮੀਦ ਕਰਦੇ ਹਾਂ ਸਾਰੇ ਖਰੀਆਂ ਨਾਲ ਹੋ ਗਿਆ ਤੁਹਾਡਾ ਦੇਸੀ ਭਰਾ ਅੱਧੀ ਰਾਤੀ ਖੜਾ ਜਨਾਬ ਆਪਣੇ ਐਂਡ ਵਾਲੇ ਚਬਾਰੇ ਤੇ ਕਿਉਂ ਖਲੋਤਾ ਕਿਉਂਕਿ ਬਹੁਤ ਸਾਡਾ ਕੁਝ ਬਣਾਉਣ ਲੱਗਾ ਹੈ ਬੜੀ ਵਧੀਆ ਜੀ ਚੀਜ਼ ਵਧੀਆ ਤਾਂ ਮੇਰਾ ਫਿਰ ਕਹਿੰਦਾ ਵਧੀਆ ਤੋਂ ਇਲਾਵਾ ਮੇਰੀ ਗੱਲ ਨਹੀਂ ਹੁੰਦੀ ਭਾਈ ਕਹਿੰਦੇ ਜ਼ਰਾ ਘੱਟ ਇਸਤੇਮਾਲ ਕਰੋ ਕਰੋ ਵਧੀਆ ਚੰਗੀ ਚੀਜ਼ ਇਸਤੇਮਾਲ ਕੀਤਾ ਕਰੋ ਵਧੀਆ ਨੂੰ ਰਹਿਣ ਦਿਓ ਅੱਛੀ ਚੀਜ਼ ਨਹੀਂ ਹੁੰਦੀ ਮੈਂ ਚਲੋ ਰਹਿਣ ਹੀ ਦਿੰਦੇ ਹਾਂ ਕੋਸ਼ਿਸ਼ ਕਰਦੇ ਹਾਂ ਭੁਲਾਉਣ ਦੀ ਪਰ ਭੁੱਲਦੀ ਨਹੀਂ ਕੀ ਕਰੀਏ ਆਦਤ ਜੇ ਪੈ ਗਈ ਹੈ ਚਲੋ ਕੋਈ ਮਸਲਾ ਨਹੀਂ ਆਸਤਾ ਆਸਤਾ ਭੁਲਾ ਹੀ ਦੇਵਾਂਗੇ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਅਤੇ ਵੇਖ ਲਓ ਜੀ ਸਾਡਾ ਬੋਸ ਬਣਾਉਣ ਲੱਗਾ ਕੋਈ ਸੋਹਣੀ ਜਿਹੀ ਚੀਜ਼ ਹੁਣ ਠੀਕ ਹੈ ਇਹ ਵੇਖਣ ਲੱਗਾ ਅੱਧੀ ਰਾਤੀ ਏਪਰਨ ਖੋਲੇ ਨੇ ਸਾਰੇ ਬਾਹਰ ਗੱਡੇ ਨੇ ਬਹੁਤ ਜੀ ਕੀ ਬਣਾਉਣ ਲੱਗੇ ਹੋ ਏਪਰਨ ਹਾਂਜੀ ਏਪਰਨ ਏਪਰਨ ਬਣਾਉਣ ਲੱਗੇ ਹੋ ਇਹ ਕਿਹੜੇ ਏਪਰਨ ਬਣਾਉਣ ਲੱਗੇ ਹੋ ਮੈਂ ਕਿਹਾ ਬਣਾਈ ਦੀਆਂ ਹਾਂ ਐਂਡ ਗੈਸ ਵਾਟ ਯੂ ਵਰ ਇਨ ਪਾਕਿਸਤਾਨ ਅੱਛਾ ਬਹੁਤ ਪਿੱਛੇ ਪਿੱਛੇ ਕੋਈ ਡਿਜ਼ਾਈਨ ਬਣਾਉਂਦਾ ਰਹਿੰਦਾ ਹੈ ਖੋਲੋ ਬਹੁਤ ਜੀ ਜਿਹੜਾ ਤੁਸੀਂ ਬਣਾ ਕੇ ਰੱਖਿਆ ਹੈ ਦ ਲੇਡੀ ਵਨਸ ਗੋਨ ਲੇਡੀ ਦਾ ਅਲੱਗ ਚਲਾ ਲੱਗ ਗਿਆ ਦਿਸ ਵਨ ਇਜ਼ ਅ ਮੈਨ ਵਨ ਅੱਛਾ ਖੋਲੋ ਨਾ ਜਨਾਬ ਦੈਨ ਹੈਵ ਟੂ ਫੋਲਡ ਇਟ ਬੈਕ ਅਗੇਨ ਅਤੇ ਜ਼ਹਿਰੀ ਗੱਲ ਹੈ ਤਾਂ ਹੀ ਪਤਾ ਲੱਗ ਸੀ ਨਾ ਇਹਦੇ ਬਕਸੇ ਹੀ ਪਤਾ ਲੱਗ ਰਿਹਾ ਹੈ ਇਹ ਵੇਖੋ ਨਾ ਜੀ ਦਿਸ ਇਜ਼ ਅ ਮੈਨ ਹਾਂ ਹਾਂ ਇਹ ਪ੍ਰਿੰਟ ਬਣਾਇਆ ਮਾਸ਼ਾਅੱਲਾ ਜੀ ਸਿਰਫ ਸਿੰਪਲ ਹੀ ਹੈ ਸਿੰਪਲ ਹੈ ਪਰ ਨਾ ਵੇਖੋ ਨਾ ਕੀ ਲਿਖਿਆ ਹੈ ਬਹੁਤ ਜੀ ਯੂ ਆਰ ਦ ਹਾਰਟ ਆਫ ਮਾਈ ਐਗਜ਼ਿਸਟੈਂਸ ਆਹਾ ਐਂਡ ਦੈਨ ਓਬਵੀਅਸਲੀ ਵਾਟ ਦ ਨੇਮ ਇਨ ਦ ਮਾਸ਼ਾਅੱਲਾ ਜੀ ਕਿੰਨਾ ਸੋਹਣਾ ਤੇ ਬਹੁਤ ਸੁੰਦਰ ਲੱਗਾ ਕੋਈ ਬਣਾਉਣ ਆਮ ਗੋਇੰ ਟੂ ਡੂ ਇਟ ਇਨ ਗੋਲਡ ਔਨ ਦ ਮੈਰੂਨ ਨਾਓ ਮੈਰੂਨ ਗੋਲਡ ਲੋਏਗਾ ਉਹਦੇ ਤੇ ਇਹ ਜੀ ਲੇਡੀ ਵਾਲਾ ਜੀ ਯਾ ਦੈਟਸ ਗੋਨ ਇਹ ਚਮਚ ਵੀ ਨਾਲ ਦਿੱਤੀ ਸੀ ਜੇ ਕੋਈ ਚਾਹੀ ਨਹੀਂ ਹੈ ਤੇ ਨਾਲ ਦੇ ਛੁੱਟ ਸਾ ਹੋ ਅੱਛਾ ਚਮਚਾ ਵੀ ਨਾਲ ਹੈ ਜੀ ਹਾਂਡੀ ਵੀ ਨਾ ਇਹਦੇ ਨਾਲ ਜੋ ਮਰਜ਼ੀ ਕਰੋ ਇਹ ਵੇਖੋ ਨਾ ਜੀ ਇਹ ਦੂਸਰਾ ਮਾਸ਼ਾਅੱਲਾ ਵੇਖ ਲਓ ਜੀ ਅੱਛਾ ਅੱਛਾ ਬੜਾ ਠੀਕ ਹੈ ਬੋਸ ਜੀ ਵੈਲ ਅ ਮੈਨਸ ਵੇਅਰਿੰਗ ਇਟ ਅੱਛਾ ਮੈਨਸ ਵੇਅਰਿੰਗ ਇਟ ਮੈਨਸ ਤੇ ਪਿੱਛੇ ਇੱਕੋ ਜਿਹਾ ਹੀ ਲੱਗ ਰਿਹਾ ਦੈਟਸ ਫੈਸਲ ਗਲਾਸਾਂ ਦਾ ਵੀ ਆਰਡਰ ਆਇਆ ਸੀ ਗਲਾਸ ਵੀ ਬਹੁਤ ਬਣਾ ਛੋੜੇ ਨੇ ਬੜਾ ਜ਼ਬਰਦਸਤ ਕਿਉਂਕਿ ਗਲਾਸ ਤੇ ਐਚਿੰਗ ਕਰਦਾ ਤਾਂ ਉਹ ਵੀ ਆਰਡਰ ਛੋਟਰ ਜਾ ਰਹੇ ਨੇ ਹੁਣ ਇਹ ਨਹੀਂ ਪਤਾ ਕਿਤਨਾ ਟਾਈਮ ਲੱਗੇਗਾ ਬੋਸ ਨੂੰ ਬਣਾਉਣ ਵਾਸਤੇ ਐਮ ਬੋਸ ਜੀ ਕਿਹੜੇ ਹੋਰ ਵੀ ਆਰਡਰ ਆਏ ਨੇ ਪੰਜ ਐ ਸਨ ਤੇ ਪੰਜ ਹੋਰ ਇੰਗਲਿਸ਼ ਚ ਨਾ ਅੱਧੇ ਇੰਗਲਿਸ਼ ਵਾਲੇ ਤੇ ਅੱਧੇ ਇਹ ਇੰਗਲਿਸ਼ ਚ ਤੇ ਜਿਹੜਾ ਦੂਆ ਆਰਡਰ ਹੈ ਉਰਦੂ ਚ ਹੈ ਬਿਲਕੁਲ ਅੱਧੇ ਇੰਗਲਿਸ਼ ਤੇ ਉਰਦੂ ਚ ਆਰਡਰ ਆਏ ਨੇ ਚਲੋ ਬਾਬਾ ਜੀ ਮਕਾਓ ਫਿਰ ਅੱਧੀ ਰਾਤ ਹੋ ਗਈ ਇੱਥੇ ਬਹਿਣਾ ਜੇ ਨਹੀਂ ਇੱਥੇ ਹੀ ਆਣਾ ਮੈਂ ਫਿਰ ਐਮੀ ਵੀ 2:45 ਮੈਂ ਉੱਠਣਾ ਮੈਂ ਬਿਲਕੁਲ ਇਹ ਵੀ ਤਾਂ ਗੱਲ ਠੀਕ ਹੈ ਹਾਂ ਤੇ ਫਿਰ ਮੈਂ ਲੱਗ ਸਹਿਣ ਦੀ ਕੀ ਲੋੜ ਹੈ ਨਜ਼ਰ ਆ ਰਹੀ ਲਾਈਨ ਲੱਭ ਗਈ ਹੈ ਮੈਨੂੰ ਆਈ ਹੈ ਨੀਂਦਰ ਮੈਂ ਚੱਲਿਆ ਸਾਡੀ ਆਵਾਮ ਉੱਥੇ ਹੀ ਹੈ ਉਹ ਹੈਲਪ ਕਰ ਰਹੇ ਨੇ ਇੱਕ ਦੂਸਰੇ ਦੀ ਮੈਂ ਮੈਨੂੰ ਨੀਂਦਰ ਆਈ ਹੈ ਮੇਰੇ ਕੋਲ ਨਹੀਂ ਬਹਿਣ ਹੁੰਦਾ ਸੁਬਹਾ ਵੇਖਾਂਗੇ ਜੋ ਕੁਝ ਬੋਸ ਬਣਾਇਆ ਤੇ ਕੀ ਖਿਆਲ ਹੈ ਜੀ ਸੁਬਹਾ ਹੋ ਗਈ ਜੀ ਸੁਬਹਾ ਸੈਰੀ ਕੀਤੀ ਸੀ ਚਾਹ ਤੇ ਬਿਸਕਟ ਵਧੀਆ ਜੇ ਨਾਲ ਹੈ ਜੀ ਤੁਸੀਂ ਕਹਿਣਾ ਵਧੀਆ ਵਧੀਆ ਹੀ ਹੋਣਗੇ ਅੱਛੇ ਸਨ ਅਤੇ ਮਾਸ਼ਾਅੱਲਾ ਪਰਾਂਠਾ ਪਰੂੰਠਾ ਤਾਂ ਖਾਧਾ ਕੋਈ ਨਹੀਂ ਸਾਦਾ ਜੀ ਇਫਤਾਰੀ ਸੀ ਅਤੇ ਸਾਡੇ ਇੱਕ ਬਹੁਤ ਹੀ ਪਿਆਰੇ ਭਾਈ ਨੇ ਹਾਰਸ ਭਾਈ ਹਾਰਸ ਭਾਈ ਕੀ ਹਾਲ ਹੈ ਵਧੀਆ ਹੋ ਖੈਰ ਖਰੀਏ ਨਾਲ ਹੋ ਹੱਸਦੇ ਵੱਸਦੇ ਹੋ ਕੀ ਹੋ ਰਿਹਾ ਅੱਜ ਕੱਲ੍ਹ ਅਤੇ ਮਾਸ਼ਾਅੱਲਾ ਜੀ ਬਾਹਰ ਧੁੱਪ ਬੜੀ ਜ਼ਬਰਦਸਤ ਚੜ੍ਹੀ ਹੈ ਧੁੱਪ ਚੜ੍ਹੀ ਹੈ ਪਰ ਇਹ ਉਹ ਧੁੱਪ ਨਹੀਂ ਹੈ ਜਿੱਥੇ ਬੰਦਾ ਬਹਿ ਸਕਦਾ ਹੈ ਐਂ ਵੇਖਿਆ ਜੇ ਯਕੀਨ ਕਰੋ -1 ਟੈਂਪਰੇਚਰ ਸੀ ਅੱਜ ਸਵੇਰ ਮੈਂ ਗਿਆ ਥੋੜ੍ਹੀ ਦੇਰ ਬਾਹਰ ਨਾ ਮੈਂ ਕਿਹਾ ਚਲੋ ਬਾਹਰ ਧੁੱਪ 'ਚ ਬਹਿੰਦੇ ਹਾਂ ਫਿਰ ਮੈਂ ਅੰਦਰ ਆ ਗਿਆ ਆਰਾਮ ਦੇ ਨਾਲ ਮੈਂ ਨਹੀਂ ਨਹੀਂ ਚਲੋ ਜੀ ਚੱਲਦੇ ਹਾਂ ਗੱਡੀ ਧੋਣੇ ਹਾਂ ਫਿਰ ਕੋਈ ਖਾਣ ਪਕਾਉਣ ਵਾਸਤੇ ਲੈ ਕੇ ਆਈਏ ਨਾ ਕੀ ਖਿਆਲ ਹੈ ਜੀ ਵੇਖ ਲਓ ਜੀ ਮੌਸਮ ਕਿੱਡਾ ਸੋਹਣਾ ਇਹ ਸਿਰਫ ਵੀਡੀਓ 'ਚ ਹੀ ਲੱਗ ਰਿਹਾ ਉਹ ਮੈਨੂੰ ਪਤਾ ਕਿਤਨੀ ਠੰਡ ਪੈ ਰਹੀ ਹੈ ਸੂਰਜ ਤਾਂ ਮਾਸ਼ਾਅੱਲਾ ਵੇਖ ਲਓ ਜੀ ਚਮਕ ਰਿਹਾ ਜੀ ਕਿੱਡਾ ਜ਼ਬਰਦਸਤ ਸਾਡਾ ਇਲਾਕਾ ਕੁਆਇਟ ਹੈ ਗੰਦ ਪਿਆ ਥੱਲੇ ਰੋਡ ਸਾਫ਼ ਕਰਨ ਵਾਲੇ ਕੋਈ ਨਹੀਂ ਆਏ ਇੱਕ ਤਾਂ ਸਾਡੀ ਆਵਾਮ ਗੰਦ ਬੜਾ ਪਾਉਂਦੀ ਹੈ ਕਹਿੰਦੇ ਜੀ ਸਫਾਈ ਨਹੀਂ ਕਰਨੀ
ਚੱਲ ਲਓ ਜੀ ਅਸੀਂ ਮਾਸ਼ਾਅੱਲਾ ਆ ਗਏ ਗੱਡੀ ਧੋਣੀ ਸੀ ਤੇ ਅੱਗੇ ਤੁਹਾਨੂੰ ਪਤਾ ਦੋ ਦਿਨ ਟਾਇਰ ਚ ਹਵਾ ਭਰਦਾ ਰਿਹਾ ਪਰ ਗੁਜ਼ਾਰਾ ਨਹੀਂ ਹੋਇਆ ਹੁਣ ਮੈਂ ਇਹਨਾਂ ਨੂੰ ਕਿਹਾ ਜੀ ਚੈੱਕ ਕਰ ਦਿਓ ਜੇ ਤੇ ਹਵਾ ਤੇ ਪੈਂਚਰ ਲੱਗਦਾ ਤੇ ਨਹੀਂ ਤਾਂ ਟਾਇਰ ਬਦਲ ਦਿਓ ਮਾਸ਼ਾਅੱਲਾ ਜੀ ਟੀ ਵਾਲਿਆਂ ਕੋਲ ਆਉਂਦੇ ਸਾਰਾ ਕੰਮ ਇੱਥੇ ਹੀ ਕਰਦੇ ਮਾਸ਼ਾਅੱਲਾ ਨਾਲੇ ਵਧੀਆ ਜੀ ਸਰਵਿਸ ਦਿੰਦੇ ਨੇ ਤੇ ਵੇਖ ਲਓ ਟਾਇਰ ਸਾਡੇ ਦੀ ਫੂਕ ਨਿਕਲ ਗਈ ਹੈ ਹੁਣ ਇਹਨਾਂ ਕੋਲ ਹੀ ਭਰਾਵਾਂਗੇ ਅਸੀਂ ਚੈੱਕ ਕੀਤਾ ਭਾਈ ਵੇਖਿਆ ਜੀ ਇਹ ਕਿੱਲ ਲੱਗਾ ਵੇਖਿਆ ਜੀ ਸਕਰੂ ਪੂਰਾ ਲੱਗਾ ਇਹਦੇ ਅੰਦਰ ਮੈਂ ਹੁਣ ਇਹਨੂੰ ਪੈਂਚਰ ਲਵਾ ਲਈ ਲਓ ਜੀ ਵੇਖ ਲਓ ਜੀ ਭਾਈ ਉਹਨੇ ਸਕਰੂ ਕੱਢ ਹੀ ਦਿੱਤਾ ਹੈ ਜੀ ਪੱਕਾ ਸਕਰੂ ਲੱਗਾ ਜੀ ਜੋਏ ਭਾਈ ਪੱਕਾ ਸਕਰੂ ਲੱਗਿਆ ਜੀ ਇਹ ਵੇਖੋ ਨਾ ਜੀ ਮੈਂ ਵੀ ਹਾਂ ਭਾਈ ਇਹਦੀ ਫੂਕ ਕਿਉਂ ਨਿਕਲ ਜਾਂਦੀ ਹੈ ਇਹ ਹੁਣ ਪਤਾ ਲੱਗਾ ਮੋਹਰ ਹੈ ਉੱਥੇ ਲਓ ਜੀ ਕੰਮ ਸਾਡਾ ਭਾਈ ਉਹਨੇ ਪੱਕਾ ਕਰ ਦਿੱਤਾ ਉਮੀਦ ਹੈ ਹੁਣ ਪੈਂਚਰ ਨਹੀਂ ਹੋਏਗੀ ਗੱਡੀ ਹੈ ਜੀ ਮੈਂ ਰੋਜ਼ ਹਵਾ ਭਰ ਭਰ ਕੇ ਥੱਕ ਗਿਆ ਸੀ ਮੈਂ ਕਿਹਾ ਗੱਡੀ ਧਵਾਉਣੀ ਹੈ ਚੈੱਕ ਹੀ ਕਰਾ ਲੈਂਦੇ ਨਾਲ ਲਓ ਕੁਦਰਤੀ ਫੂਕ ਨਿਕਲੀ ਸੀ ਇਹਦੀ ਇਹ ਦੇਖੋ ਜੀ ਕੰਮ ਮਾਸ਼ਾਅੱਲਾ ਬੰਨ ਕੇ ਦੇਣਗੇ ਗੱਡੀਆਂ ਜੀ ਫੂਕ ਇੱਥੋਂ ਨਹੀਂ ਨਿਕਲੇਗੀ ਜੋ ਮਰਜ਼ੀ ਹੋ ਜਾਏ ਹਾਂਜੀ ਟਾਇਰ ਖਤਮ ਹੋ ਜਾਏਗਾ ਫੂਕ ਇੱਥੋਂ ਨਹੀਂ ਨਿਕਲੇਗੀ ਦੁਬਾਰਾ ਭਾਈ ਸੈੱਟ ਹੋ ਗਿਆ ਜੀ ਕੰਮ ਇੱਧਰ ਪਾਓ ਰੰਗ ਬਿਲਕੁਲ ਕਰੋ ਜਨਾਬ ਲਓ ਜੀ ਆਲਮੋਸਟ ਸਾਡੀ ਗੱਡੀ ਵੀ ਤਿਆਰ ਹੋ ਗਈ ਹੈ ਵੇਖ ਲਓ ਭਾਈ ਉਹਨੇ ਚਮਕਾ ਦਿੱਤੀ ਹੈ ਅੱਲਾ ਖੈਰ ਕੀਤੀ ਤੇ ਦੋ ਕੁ ਦਿਨ ਕੱਢ ਹੀ ਜਾਏਗੀ ਲੋ ਮਾਸ਼ਾਅੱਲਾ ਜੀ ਵੇਖ ਲਓ ਭਾਈ ਉਹਨਾਂ ਗੱਡੀ ਚਮਕਾ ਦਿੱਤੀ ਹੈ ਕੰਮ ਸਾਡੇ ਦੋਵੇਂ ਹੋ ਗਏ ਨੇ ਗੱਡੀ ਵੀ ਧਵਾ ਲਈ ਤੇ ਟਾਇਰ ਵੀ ਸੈੱਟ ਹੋ ਗਿਆ ਵੇਖੋ ਤੇ ਜੀ ਕਿੱਡੀ ਜ਼ਬਰਦਸਤ ਚਮਕ ਰਹੀ ਹੈ ਸੂਰਜ ਦੇ ਅੰਦਰ ਸੌਦਾ ਵੀ ਲੈ ਆਉਂਦਾ ਵੇਖ ਲਓ ਜੀ ਜਿਹੜੀ ਚੀਜ਼ ਲੈਣੀ ਸੀ ਪਕਾਉਣ ਵਾਸਤੇ ਉਹ ਵੀ ਆ ਗਈ ਹੈ ਤੇ ਹੁਣ ਨਿਵੇਂ ਨਿਵੇਂ ਹੋਈ ਹੈ ਕਬੂਤਰ ਸਾਹਮਣੇ ਬੈਠੇ ਨੇ ਵੇਖ ਲਓ ਧੁੱਪ ਲਵਾ ਰਹੇ ਵੇਖ ਲੈਣ ਗੱਡੀ ਤਾਂ ਤੂੰ ਧੁਆ ਕੇ ਲਿਆਂਦੀ ਹੈ ਦੇਸੀ ਭਰਾ ਤੇਰੀ ਗੱਡੀ ਨਾ ਕੱਢੇਗੀ ਦੋ ਦਿਨ ਹੀ ਕੋਈ ਗੱਲ ਨਹੀਂ ਤੁਹਾਡਾ ਹੀ ਮੱਖੂ ਕਰ ਲੈਣਾ ਹਾਂਜੀ ਬੋਸ ਜੀ ਆਈ ਕੇ ਆਈ ਆਮ ਜਸਟ ਲੁਕਿੰਗ ਐਟ ਦ ਟਾਪ ਆਫ ਦ ਆਈਜ਼ ਨਾਟ ਮਿਸਿੰਗ ਅੱਛਾ ਕਰੋ ਆਪਣਾ ਕੰਮ ਫਾਈਨਲ ਤਿਆਰ ਹੋ ਗਿਆ ਆਪਣੇ ਕੰਮ ਰਾਤੀ ਤਿਆਰ ਹੋਈ ਜਾਲ ਨਾ ਅੱਛਾ ਇਹ ਤਾਂ ਕੋਈ ਖਰਾਟੇ ਵਾਣਾ ਸੀ ਲੱਗਿਆ ਫਿਰ ਲਾਈਟ ਨਹੀਂ ਬੰਦੀ ਤੇ ਨਾ ਨੀਂਦ ਖੁੱਲੀ ਹੈ ਮੈਨੂੰ ਨੀਂਦ ਆਈ ਸੀ ਬੋਸ ਜੀ ਖਰਾਟੇ ਤੇ ਲੱਗਣੇ ਸਨ ਆਪਣੇ ਆਪ ਬਿਲਕੁਲ ਕੌਣ ਸੀ ਆਂਡੀ ਬਣਾ ਰਹੇ ਅਸੀਂ ਵੀ ਖਾਂਦੇ ਆ ਤੁਹਾਨੂੰ ਵੀ ਖਵਾਉਂਦੇ ਆ ਕਿਉਂ ਜੀ ਜ਼ਹਿਰੀ ਗੱਲ ਹੈ ਉਧਰ ਚੁੱਟਣ ਲੱਗਾ ਹੋਇਆ ਇਹ ਨਾ ਹੋਵੇ ਸਿੱਧਾ ਹਥਿਆਰ ਇਧਰ ਹੀ ਆ ਜੇ ਬੋਸ ਆ ਕੇ ਤੇਰਾ ਤੇ ਤੈਨੂੰ ਵੀ ਜਰਾ ਥੋੜਾ ਜਿਹਾ ਚੁੱਟਦੀ ਹੈ ਨਾ ਤੁਸੀਂ ਕੀ ਖਵਾਸਾ ਦਾ ਅਸਾਂ ਵੀ ਖਾਸਾ ਹਾਂਜੀ ਹਾਂ ਤੁਸੀਂ ਕੀ ਵੀ ਖਵਾਸਾ ਤੇ ਅਸਾਂ ਵੀ ਖਾਸਾ ਐ ਵੇਖ ਲਓ ਜੀ ਇਹ ਡਿਸ਼ ਖਾਣੀ ਹੈ ਅੱਜ ਤੁਸੀਂ ਵੀ ਕਹਿੰਦੇ ਹੋਣੇ ਪਤਨੀ ਕੋ ਖਾਸ ਹੀ ਡਿਸ਼ ਇਹ ਡਿਸ਼ ਹੈ ਇਹਦਾ ਕੰਬੀਨੇਸ਼ਨ ਹੋਏਗਾ ਚਿਕਨ ਦੇ ਨਾਲ ਚਿਕਨ ਤੋਰੀਆਂ ਭਿੰਡੀਆਂ ਤੋਰੀਆਂ ਐ ਲੱਗ ਤੇ ਵਧੀਆ ਰਹੀ ਹੁਣ ਤਾਜ਼ੀਆਂ ਤਾਜ਼ੀਆਂ ਖੋ ਕੇ ਲਿਆਂਦੀਆਂ ਨੇ ਬਾਹਰੋਂ ਗਾਰਡਨ ਚ ਲਾਈਆਂ ਨੇ ਐਡੀਆਂ ਸੋਹਣੀਆਂ ਸੋਹਣੀਆਂ ਵੇਖੇ ਨੇ ਐ ਨਾ ਪਾਕਿਸਤਾਨੀ ਅੱਡੀਆਂ ਦਾ ਚਿਕਨ ਵਾਮ ਖਾਂਦੀ ਨੀ ਕਹਿੰਦੇ ਜੀ ਬੋਨਲੈਸ ਲੈ ਕੇ ਆਓ ਮੈਂ ਫਿਰ ਬੋਨਲੈਸ ਹੀ ਲੈ ਆਂਦਾ ਸਾਰੇ ਕੋਲ ਦਿਓ ਬਾਬਾ ਜੀ ਨਾ ਨੀ ਟੂ ਮੇਕ ਕਰ ਮਸਾਲਾ ਹੋ ਜਾਏ ਮਸਾਲਾ ਵੀ ਧਨੀਆ ਹਰ ਚੀਜ਼ ਖਤਮ ਹੋਈ ਟੂ ਮਿੰਟ ਡਿਡ ਵੀ ਬਾਈ ਨੀ ਟੂ ਮਿੰਟ ਆਈ ਥਿੰਕ ਸੋ ਲੈਨ ਦੀ ਸੀ ਤੁਸੀਂ ਇਹ ਕਿਹੜੀ ਸ਼ੈਵ ਧਨੀਆ ਹੁਣ ਕਰ ਮਸਾਲਾ two tablespoons of everything kaliya marcha dalna
ਜੈਕਟ ਸ਼ਾ ਖਾਡਮਨਸ ਅੱਛਾ ਮੋਟੀ ਲਾਚੀ ਮੋਟੀ ਲਾਚੀ ਗਿਣ ਕੇ ਪਾਣੀ ਹੈ ਨੇ 10 4 6 8 10 ਆਈ ਡੋਨਟ ਲਾਈਕ ਇਟ ਟੂ ਲੈਟਸ ਡੂ ਅਦਰ ਕਈ ਰੋਸਟ ਕਰਦੇ ਨੇ ਅਸੀਂ ਬਗੈਰ ਬਰਬਰ ਰੋਸਟ ਬਹੁਤ ਰੋਸਟ ਨਹੀਂ ਕਰਦਾ ਐ ਕਿ ਲੌਂਗ ਲੌਂਗ ਬਹੁਤ ਫਾਲ ਦੇ ਬਿਲਕੁਲ ਖਾਂਦੇ ਪੀਂਦੇ ਰਹਿਣ ਨਾ ਦਲਚੀਨੀ ਦਾਲ ਚੀਨੀ ਵੀ ਗਈ ਜੀ ਮਸਾਲਾ ਹੋ ਗਿਆ ਤਿਆਰ ਡੱਬਾ ਸਾਡਾ ਭਰਿਆ ਗਿਆ ਤੇ ਹੁਣ ਕੇ ਜੀਰਾ ਜੀਰਾ ਜੀ ਗਰਮ ਮਸਾਲਾ ਹੋ ਗਿਆ ਤਿਆਰ ਦੇਖੋ ਜੀ ਕਿੰਨਾ ਜ਼ਬਰ ਚਮਚ ਨਾਲ ਬਾਹਰ ਕੱਢਣ ਖਾ ਕੇ ਨਜ਼ਰ ਆਉਣਾ ਦੇਖੋ ਜੀ ਇਹ ਜੀ ਗਰਮ ਮਸਾਲਾ ਹੁਣ ਨਜ਼ਰ ਆਇਆ ਬਿਲਕੁਲ ਖੁਸ਼ੀ ਬਹੁਤ ਵਧੀਆ ਆ ਰਹੀ ਹੈ ਨਾਸਾ ਨਹੀਂ ਚੜ ਗਈ ਹੈ ਛੋਲਿਆਂ ਦੀ ਦਾਲ ਹਾਂਜੀ ਗਰਮ ਮਸਾਲਾ ਛੋਲਿਆਂ ਦੀ ਦਾਲ ਮੈਂ ਤਾਂ ਆਹਦਾ ਕੋਈ ਛੋਲੇ ਹੋਣ ਛੋਲੇ ਹੋਣ ਉਬਲੇ ਵੇ ਛੋਲੇ ਨਹੀਂ ਦੂਸਰੇ ਛੋਲੇ ਜਿਹੜੇ ਸੇੜ ਕੇ ਬਣਾਓ ਨਾ ਆਏ ਹਾਏ ਹਾਏ ਉਹਦਾ ਆਪਣਾ ਹੀ ਸਵਾਦ ਹੈ ਵੈਸੇ ਖੁੱਲਾ ਗਰਮ ਮਸਾਲਾ ਛੋਲਿਆਂ ਦੀ ਦਾਲ ਹੋਵੇ ਵਿੱਚ ਸਪਰਿੰਗ ਅਨੀਅਨ ਪਿਆ ਹੋਵੇ ਕਿਆ ਹੀ ਸਵਾਦ ਹੈ ਉਹਦਾ ਆਈ ਲਾਈਕ ਛੋਲਿਆਂ ਦੀ ਦਾਲ ਵਿੱਚ ਸਪਰਿੰਗ ਅਨੀਅਨ ਆ ਲਵ ਸਪਰਿੰਗ ਤੇ ਗਰਮੀ ਦਾ ਮੌਸਮ ਹੋਵੇ ਤੇ ਤੰਦੂਰ ਦੀ ਓ ਗੋਡ ਰੋਟੀ ਰੋਟੀ ਹੋਵੇ ਨਾਲ ਹੈ ਜੀ ਰੋਟੀ ਚੁੱਪੜੀ ਵੀ ਉਹ ਵੀ ਪਿਆਜ਼ ਵਾਲੀ ਉਹਦਾ ਇੱਕ ਆਪਣੀ ਸਵਾਦ ਬਣ ਜਾਂਦਾ ਤੇ ਕਦੇ ਖਾਧੀਆਂ ਹੁੰਦੀਆਂ ਸੀ ਪਿਆਜ਼ ਵਾਲੀਆਂ ਤੰਦੂਰ ਵਾਲੀਆਂ ਰੋਟੀਆਂ ਉਹ ਤੰਦੂਰ ਨਹੀਂ ਰਹੇ ਤੇ ਉਹ ਰੋਟੀਆਂ ਵੀ ਨਹੀਂ ਰਹੀਆਂ ਉਹ ਸਵਾਦ ਵੀ ਨਹੀਂ ਰਿਹਾ ਹਰ ਇੱਕ ਚੀਜ਼ ਬਦਲ ਗਈ ਹਲਦੀ ਵੇਖੋ ਜੀ ਇਹ ਡੱਬਾ ਇੱਧਰ ਤਿਆਰ ਹੋ ਗਿਆ ਇਹ ਲੈਫਟ ਓਵਰ ਜਾਂਦੇ ਨੇ ਇੱਧਰ ਦਾਲਚੀਨੀ ਕਿੱਥੇ ਦਾਲਚੀਨੀ ਦਾਲਚੀਨੀ ਜੀ ਤੋਰੀਆਂ ਕੱਟੀਆਂ ਗਈਆਂ ਨੇ ਸਾਰੀਆਂ ਸਰਦੀ ਲੱਗ ਗਈ ਬਾਬਾ ਜੀ ਤੋਰੀਆਂ ਫਰਾਈ ਹੋ ਰਹੀਆਂ ਨੇ ਇਤਨੀਆਂ ਤਾਂ ਹੈ ਨੀ ਸ਼ਰਿੰਕ ਹੋ ਜਾ ਸਨ ਫਰਾਈ ਹੋ ਗਏ ਇਤਨੀਆਂ ਰਹਿ ਜਾ ਸਨ ਮੈਂ ਆਖਿਆ ਜੀ ਫਰਾਈ ਕਰੋ ਜੀ ਥੋੜਾ ਬਹੁਤ ਟੈਕਸਚਰ ਬਣ ਜਾਏਗਾ ਉਹਨਾਂ ਦਾ ਨਹੀਂ ਬਹੁਤ ਜੀ ਠੀਕ ਨੇ ਤਾਂ ਠੀਕ ਹੈ ਨਾ ਚਿਕਨ ਜੇ ਹੈ ਐਡਾ ਚਿਕਨ ਪਿਆ ਚਿਕਨ ਜੇ ਹੈ ਜੇ ਖਾਲੀ ਤੋਰੀਆਂ ਹੋਣ ਫਿਰ ਤੇ ਹੋਰ ਗੱਲ ਹੈ ਨਾ ਚੁੱਟਿਆ ਨਹੀਂ ਚੁੱਟਣ ਹੋਇਆ ਤੋਰੀਆਂ ਹੋ ਰਹੀਆਂ ਨੇ ਫਰਾਈ ਉੱਧਰ ਤੇ ਇੱਧਰ ਤੇ ਮੈਂ ਛਿੱਲ ਰਿਹਾ ਪਾਈਨਐਪਲ ਕਹਿ ਰਹਾਂਗਾ ਇਹਨੂੰ ਕੀ ਕਹਿੰਦੇ ਨੇ ਬਾਬਾ ਜੀ ਅਨਾਰ ਅਨਾਰ ਕਹਿੰਦੇ ਨੇ ਪੋਪੀ ਕਰਾਉਣੇ ਇਹ ਤਾਂ ਬੜਾ ਸੂਹਾ ਸੂਹਾ ਹੀ ਹੈ ਹਾਂਜੀ ਬਾਬਾ ਜੀ ਕਿਹੜੇ ਮਸਾਲੇ ਜਾਣ ਲੱਗੇ ਜਿੰਜਰ ਪਾ ਦਿੱਤੀ ਹੈ ਚਰੋਕਣੀ ਹੋ ਤੋਈ ਜਿਹੜੇ ਦਿੱਤੀ ਆ ਤੇ ਤਕਸਾਂ ਯੂਜ਼ ਕਰਨਾ ਬਿਲਕੁਲ ਬਹੁਤ ਜੀ ਗਾਲਕ ਜਿੰਜਰ ਪਾ ਦਿੱਤੀ ਹੈ ਲਓ ਜੀ ਟਮਾਟਰ ਵੀ ਗਏ ਹੈ ਜੀ ਦੋ ਟਮਾਟਰ ਬਾਬੂ ਜੀ ਬਸ ਦੋ ਟਮਾਟਰ ਪੇਸਨ ਦੋ ਟਮਾਟਰ ਸਿਰਫ ਹੈ ਜੀ ਮਾਲੀ ਸਾਡੇ ਕੋਲ ਹਿਸਾਬ ਦਾ ਦੋ ਟਮਾਟਰ ਜਾਣਗੇ ਚਿਕਨ ਪਾਣੀ ਆਪਣਾ ਛੋਟੀ ਪਾ ਦਿਓ ਫਿਰ ਚਿਕਨ ਅੱਛਾ ਬਹੁਤ ਜ਼ਿਆਦਾ ਮਸਾਲਾ ਪਸੰਦ ਕਰਨਾ ਤੇ ਠੀਕ ਹੋ ਗਿਆ ਫਿਰ
ਵਾਹ ਜੀ ਚਿਕਨ ਗਿਆ ਜੀ ਇਹ ਚਿਕਨ ਥਾਈ ਹੈ ਜੀ ਸੋ ਸਿਲੀ ਇਸ ਨੇ ਹੁਣ ਕੀ ਹੋਇਆ ਅਕਸ਼ੀ ਨਾਲ ਜਾਣ ਦੇਣਾ ਇਹਨੂੰ ਪੱਕਣ ਦਿਓ ਨਾ ਜਦੋਂ ਪਾਣੀ ਸੁੱਕ ਜਾਏਗਾ ਉਹਲੇ ਤੋਰੀਆਂ ਪਾ ਦੇਣਾ ਬਾਪੂ ਇਥੇ ਖਲੀ ਕੇ ਬਣਾਈ ਕਿਉਂ ਅੰਡੀ ਮੈਨੂੰ ਮਸ਼ਰੂ ਦੀ ਵੈਲੀ ਕੋਈ ਨਹੀਂ ਵੈਸੇ ਹੈ ਬਸ ਇਤਨੀ ਅਸਾਂ ਕੀ ਜਾਚ ਹੈ ਅੱਛਾ ਸਾਡੇ ਮਸ਼ਰੂ ਦੀ ਕੋਈ ਵੈਲੀ ਨਹੀਂ ਸਾਨੂੰ ਖਾਣਾ ਜੀ ਨਹੀਂ ਪਰ ਪਕਾਣਾ ਆਉਂਦਾ ਮਾਸ਼ਾਅੱਲਾ ਬਹੁਤ ਵਧੀਆ ਪਕਾਉਂਦਾ ਤੇ ਬੋਸ ਨੂੰ ਮੇਰੇ ਨਾਲ ਜ਼ਿਆਦਾ ਹੀ ਪਤਾ ਹੈ ਇਹ ਵੇਖੋ ਨਾ ਜੀ ਵਾਹ ਜੀ ਬਸ ਰੰਗਤ ਇਹਦੀ ਹੋਣੀ ਬਦਲ ਗਈ ਹੈ ਵੈਸੇ ਬੋਸ ਜੀ ਜਾ ਸਿੱਖਣ ਲੱਗਾ ਬੋਸ ਕੋਲ ਉਹਦੀ ਹੱਡੀ ਕਿਵੇਂ ਕੱਢੀ ਦੀ ਇਹਨੇ ਮੈਂ ਕਿਹਾ ਮੇਰੇ ਕੋਲ ਨਿਕਲਣੀ ਕੋਈ ਨਹੀਂ ਤੁਸੀਂ ਕੱਢ ਦੇ ਵੈਸੇ ਪਤਾ ਇਹਦੀ ਹੱਡੀ ਵੀ ਹੁੰਦੀ ਜਿਹੜੀ ਖਾਣ ਦੇ ਕੰਮ ਤੇ जिंजर बोटी हुई ना सेहत वास्ते चंगी होंदी कड्ढन दी की लोड़ है जी भिंडी तोरी घ्यो तोरी नहीं है दूसरी होंदी है तोरिया दे नाल चिकन वधिया जिहा लग रहा है नींबू भी जान गए हाजमा ठीक कर सन माशाल्लाह जी हांडी तो बन गई बहु जी टाइम थोड़ा ही रह गया वैसे टाइम नेड़े लग गया बस अफतारी का टाइम होने लगा चिकन लिया सुर सवाल नहीं बहुत कहना चलो इन ट्विस्ट कर दे जी खा लेने तड़का ला दो जी खा पी लेने स्वीट कॉर्न नवी डिश ਕਾਲੀਆਂ ਮਿਰਚਾਂ ਗਰਮ ਮਸਾਲਾ ਰਹਿਣ ਦਿਓ ਬਹੁਤ ਚਾਈਨੀਜ਼ ਸਪਾਈਸ ਹੈ ਜੀ ਕੀ ਲੋੜ ਇਤਨੀ ਗਰਮ रोटी दा टाइम हो गया अफतारी दा ते किचन च खुशबू ओ नहीं आ रही जेड़ी आ रही होनी चाहिदी है रोटी सेक लिया
कल खावांगे अज रहन दिंदे अज रोटी खाने जेडी भिंडिया दे पक्का ना अपना चिकन ओनू रगड़ा ना काफी दिन हो गए ने रोटियां कितने 11 days we've not had मैं पराठा खादा पर रोटी नहीं खादी माशाल्लाह अफ्तारी सी कर ली है ना डिश ट्राई करिए ना एदा स्वाद की हो जाए लाइक है तो मैं खावांगा तो पता लगेगा बिस्मिल्लाह चीज वधिया बनी है पर मर्चां टका के पईयां ने चीज क्वाहा सी पर मर्चां घट होंदियां ते स्वाद होर ही होना सी उम्मीद कर दे जी तुहानू वीडियो ते पसंद आई होनी पर मर्चां बहुत टका के पाईयां अजे भी मेरे कान चों धुएं निकल नहीं इतनी मर्चां जी थोड़ी जे पसीना आया मेरी टिंड ते ज्यादा नहीं आया टोपी लगी है ते ओ सिज गई है सारी ते फिर मिलांगे जी एक नवी वीडियो दे नाल ते अज तक एक्सपेरिमेंट सी ते चिकन माशाल्लाह वधिया बणिया नाल तोरियां है जी कंबीनेशन बड़ा जालिम है ते ठीक है जी आंदे रहो साडे घर अफतारी खान ते घर तुसी बना के एंजॉय करदे रहो चलो बहुत सी चलिए अल्लाह हाफिज जी फिर मिलांगे जिंदगी रही ते